एक बंदा साडा पहाड़ा चौड़ा वो कतल किया उन्होंने सिखा ने पहाड़ा पहाड़ छड़ के आया सी उसे कतल कर दिता राज। अच्छा वो खच्चर पे घर आके पहुंची तो पता लगा समय से मैं मरौड़ा जी बाबा कोई होर गल चेते करके सुनाओ उठों दी साईं दी गल कोई प्यार मोहब्बत दी कोई प्यार मोहब्बत दी गल पहले गढ़शंकर दे विच अग लाई है जी हां टांचियां भन के गढ़शंकर दे विच अग लगी है अस्सलाम वालेकुम जी सत श्री अकाल प्रणाम दोस्तों मैं नासर खसाणा तुसी देख रहे हो चैनल एक पिंड पंजाब दा ते साडे नाल अज बुजुर्ग जिहड़े मौजूद ने इह जलंधर चों उठ के आए आ इन्हां दा पिंड की सीगा शेख उपर मखड़ा किस तरह इह उठ के आए आ इह सारीआं गल्लां बातां पुछणीआं हुण जिहड़े पिंड च रहिंदे आ इह रतना इहनूं करके कहिंदे आ रतन वैसे पिंड दा नां आ रतना रतना करके कहिंदे आ जी इह रतन सिंह दा पिंड आ जी इन्हां दे बारे वी थोड़ा जिहा असीं इन्हां कोल पुछांगे ਅਸਲਾਮੁਅਲੈਕੁਮ ਬਾਬਾ ਜੀ ਵਾਲੇਕੁਮ ਸਲਾਮ ਬਾਬਾ ਜੀ ਕੀ ਨਾਮ ਆਪਣਾ ਮੈਂ ਅਬਦੁੱਲਾ ਅਬਦੁੱਲਾ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ ਫਤਿਹ ਮੁਹੰਮਦ ਫਤਿਹ ਮੁਹੰਮਦ ਤੇ ਕੌਮ ਬਰਾਦਰੀ ਕਿਹੜੀ ਆਪਣੀ ਅਸੀਂ ਘੁਮਿਆਰ ਹੁੰਦੇ ਘੁਮਿਆਰ ਹੁੰਦੇ ਹਾਂ ਘੜੇ ਘੁੜੇ ਵੀ ਬਣਾਉਂਦੇ ਰਹੇ ਹਾਂ ਕਿ ਨਹੀਂ ਸਭ ਕੁਝ ਕਰਦੇ ਰਹੇ ਅੱਛਾ ਤੇ ਆਪਣਾ ਜਿਹੜਾ ਪਿਛਲਾ ਪਿੰਡ ਕਿਹੜਾ ਸੀਗਾ ਪਿਛਲਾ ਪਿੰਡ ਸ਼ੇਖੂਪੁਰ ਬਖਲੌਰ ਅੱਛਾ ਜੀ ਹਾਂਜੀ ਥਾਣਾ ਕਿਹੜਾ ਲੱਗਦਾ ਸੀ ਆਪਾਂ ਥਾਣਾ ਬੰਗੇ ਬੰਗੇ ਹਾਂ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਅੱਛਾ ਨੇੜੇ ਨੇੜੇ ਕਿਹੜੇ ਕਿਹੜੇ ਪਿੰਡ ਸੀ ਆਪਣੇ ਸੱਜੇ ਖੱਬੇ ਫਲੌਰ ਸੀ ਅੱਛਾ ਫਲੌਰ ਦਾ ਸਾਡਾ ਕੰਬ ਲਗਾ ਸੀ ਆ ਕੇ ਫਿਰ ਸਾਡੇ ਕੋਲ ਗੜੀ ਪਿੰਡ ਸੀਗਾ ਤੇ ਅਟੈਂਡਾ ਪਿੰਡ ਸੀ ਅਟੈਂਡਾ ਹਾਂ ਅਟੈਂਡਾ ਸਿੱਖਾਂ ਦਾ ਪਿੰਡ ਅੱਛਾ ਸਿੱਖਾਂ ਦਾ ਪਿੰਡ ਸੀ ਹਾਂਜੀ ਫਿਰ ਹੋਰ ਔੜ ਸੀਗਾ ਔੜ ਸੀਗਾ ਹਾਂ ਔੜ ਗੜੋਪੜ ਵੀ ਇੱਕ ਸੀਗਾ ਉਹੀ ਉਹੀ ਅੱਛਾ ਔਰ ਗੁਰੂਪੜ ਦਾ ਵਾਰ ਦੀ ਗੱਲ ਆ ਔਰ ਸੀ ਪਿੰਡ ਅੱਛਾ ਹੋਰ ਰਹੋਂ ਸੀ ਰਹੋਂ ਮਹੋਂ ਇੱਕ ਸੀ ਕਿ ਰਹੋਂ 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 ਅੱਛਾ ਰਾਮੀਏ ਲੋਕ ਜਿਹੜੇ ਠੀਕ ਆ ਇਦਾਂ ਦੇ ਪਿੰਡ ਸੀਗੇ ਸਾਡੇ ਆਲੇ ਦੁਆਲੇ ਠੀਕ ਇੱਕ ਚਾਕਾ ਰਾਪੜ ਸੀਗਾ ਅੱਛਾ ਜੇ ਇਦਾਂ ਦੇ ਪਿੰਡ ਸੀ ਸਾਡੇ ਆਲੇ ਦੁਆਲੇ ਚਾਹੇ ਤਾਂ ਤੁਹਾਡੇ ਨੇੜੇ ਨੇੜੇ ਪਿੰਡ ਸੀਗੇ ਤੁਹਾਡਾ ਜਿਹੜਾ ਆਪਣਾ ਪਿੰਡ ਸੀਗਾ ਉਹਦੇ ਵਿੱਚ ਸਾਰੇ ਮੁਸਲਮਾਨ ਸੀ ਜਾਂ ਸਿੱਖ ਵੀ ਸੀਗਾ ਕੋਈ 500 ਘਰ ਮੁਸਲਮਾਨਾਂ ਦਾ ਸੀ ਵੱਡਾ ਪਿੰਡ ਸੀਗਾ ਪਿੰਡ ਸੱਤ ਵੱਡੀਆਂ ਹੱਥੇ ਤਾਂ ਲੰਬਰਦਾਰ ਸੀ ਅੱਠਵਾਂ ਜੈਲਦਾਰ ਮਾਮਾ ਮੇਰਾ ਬਾਪ ਸੀ ਅੱਛਾ ਠੀਕ ਆ ਤੇ ਇਸ ਤੋਂ ਇਲਾਵਾ ਕੋਈ ਹੋਰ ਬਰਾਦਰੀ ਨਹੀਂ ਸੀ ਰਹਿੰਦੀ ਹੈਗੀ ਬਰਾਦਰੀਆਂ ਸਾਰੀਆਂ ਸੀ ਉੱਥੇ ਇਕੱਠੀਆਂ ਹੋਈਆਂ ਵਿੱਚ ਮਤਲਬ ਰਾਈ ਰਹਿੰਦੇ ਸੀ ਵਿੱਚ ਦੁਆ ਰਹਿੰਦੇ ਸੀ ਵਿੱਚ ਤੇਲੀ ਰਹਿੰਦੇ ਸੀ ਨਾ ਮੁਸਲਮਾਨਾਂ ਤੋਂ ਹਟ ਕੇ ਕੋਈ ਨਹੀਂ ਸੀ ਮੁਸਲਮਾਨਾਂ ਤੋਂ ਹਟ ਕੇ ਰਾਜਪੂਤ ਸੀਗੇ ਉੱਥੇ ਜਿਨ੍ਹਾਂ ਦਾ ਪਿੰਡ ਸੀ ਉਹ ਸਿੱਖ ਸੀਗੇ ਕਿ ਹਿੰਦੂ ਸੀਗੇ ਹਿੰਦੂ ਰਾਜਪੂਤ ਹਿੰਦੂ ਰਾਜਪੂਤ ਸੀਗੇ ਠੀਕ ਹੈ ਆਪਣੀ ਉਮਰ ਕਿੰਨੀ ਸੀ ਉਦੋਂ ਜਦੋਂ ਮੈਂ ਉਦੋਂ ਆਇਆ ਤਾਂ ਮੇਰੀ ਸੰਨ 36 ਦੀ ਪੈਦਾਇਸ਼ ਹੈ ਤੁਸੀਂ ਹਿਸਾਬ ਲਾ ਲਓ ਅੱਛਾ ਸੰਨ 36 ਦੀ ਤਕੜੇ ਸੀਗੇ ਫਿਰ ਤਾਂ ਬਾਬਾ ਜੀ ਐਡੇ ਕਿ ਸੀ 11 12 ਸਾਲਾਂ ਦਾ ਮਤਲਬ ਬਣ ਜਾਂਦੀ ਉਮਰ 11 ਸਕੂਲੇ ਵੀ ਜਾਂਦੇ ਹੁੰਦੇ ਸੀ ਨਹੀਂ ਸਕੂਲੇ ਅੱਛਾ ਖੋਤਾ ਖੋਤਾ ਦਾ ਹੱਕਣਾ ਆ ਗਿਆ ਹੋਣਾ ਉਹ ਤਾਂ ਪਤਾ ਹੀ ਨਹੀਂ ਸੀ ਸਾਨੂੰ ਉੱਥੇ ਖੋਤਾ ਬਾਗਾਂ ਦਾ ਕੰਮ ਪਿਓ ਕਰਦਾ ਸੀ ਨਹੀਂ ਵੀ ਉਹ ਤੁਹਾਡਾ ਕੰਮ ਜੂ ਸੀਗਾ ਕਿਸਮ ਜੀ ਸੀਗਾ ਮਾਰ ਭਾਂਡੇ ਸੀ ਇੱਧਰ ਹੀ ਆ ਕੇ ਬਣਾਏ ਅੱਛਾ ਉੱਧਰ ਨਹੀਂ ਬਣਾਉਂਦੇ ਸੀ ਉੱਧਰ ਬਾਗ ਲੈਂਦੇ ਸੀ ਹਾਂ ਬਾਗ ਸਾਡੇ ਪਿੰਡ ਦੇ 4 ਬਾਗ ਸੀ ਚੋਹਾਂ ਖੁੰਝਾਂ ਦੇ ਸਾਡੇ ਕੋਲ ਠੇਕੇ ਤੇ ਸੀ ਅੱਛਾ ਬਜ਼ੁਰਗੋ ਇਹ ਕਈਆਂ ਪਿੰਡਾਂ ਵਿੱਚ ਪਹਿਲੇ ਅਸੀਂ ਦੇਖਦੇ ਹੁੰਦੇ ਸੀ ਉਹਨਾਂ ਤੇ ਮਿੱਟੀ ਮੁੱਟੀ ਵੀ ਪਾ ਕੇ ਪਿੰਡਾਂ 'ਚ ਲਿਜਾਂਦੇ ਹੁੰਦੇ ਸੀ ਇੱਥੇ ਵੀ ਕਰਦੇ ਆ ਉਹ ਸਾਨੂੰ ਪਤਾ ਸਾਰੀ ਗੱਲ ਦਾ ਜਿਹੜੀ ਵੀ ਹੈਗੀ ਆ ਨਾ ਖੋਚਿਆਂ ਦਾ ਕੰਮ ਕਰਦੇ ਰਹੇ ਪਿਛਲੇ ਬਜ਼ੁਰਗ ਠੀਕ ਆ ਠੀਕ ਲੇਕਿਨ ਸਾਡੇ ਬਜ਼ੁਰਗ ਨੇ ਨਹੀਂ ਕੀਤਾ ਆਪਣੇ ਬਜ਼ੁਰਗਾਂ ਨੇ ਨਹੀਂ ਕੀਤਾ ਜਦੋਂ ਉੱਥੋਂ ਉੱਠੇ ਆ ਤੁਸੀਂ ਅਮਨ ਸ਼ਾਂਤੀ ਨਾਲ ਉੱਠ ਗਏ ਜੀ ਜਾਂ ਕੋਈ ਸਾਨੂੰ ਆਪ ਛੱਡ ਕੇ ਗਏ ਆ ਫਲਾਵਰ ਕੈਂਪ ਦੇ ਵਿੱਚ ਅੱਛਾ ਫੌਜ ਲਿਆਉਂਦੀ ਆ ਟੈਂਕ ਟੋਪਾਂ ਲਿਆਉਂਦੀਆਂ ਲਿਆ ਕੇ ਸਾਨੂੰ ਉਹ ਕੈਂਪ ਦੇ ਹਵਾਲੇ ਕਰਕੇ ਗਏ ਮੈਂ 2 ਵਾਰੀ ਬਾਅਦ ਚ ਵੀ ਜਾਇਆ ਅੱਛਾ ਇੰਡੀਆ ਜਾਇਆ ਸੀ ਹਾਂਜੀ 2 ਵਾਰੀ ਕਿਹੜੀ ਕਿਹੜੀ ਸਨ ਚ ਗਏ ਸੀ ਸਨ 53 54 ਚ ਅੱਛਾ ਉਦੋਂ ਫਿਰ ਤੁਹਾਨੂੰ ਕੋਈ ਆਪਣੀ ਪੁਰਾਣੀ ਸ਼ਾਇਦ ਦਿਖੀ ਜਾਂ ਉੱਥੋਂ ਸਾਰਾ ਸਭ ਕੁਝ ਪਿੰਡ ਆਪਣਾ ਦੇਖ ਕੇ ਆਇਆ ਹਾਂ ਉਹ ਲੋਕਾਂ ਨੇ ਤੁਹਾਡਾ ਕਿਦਾਂ ਸਵਾਗਤ ਕੀਤਾ ਉਹਨਾਂ ਨੇ ਬੜਾ ਇਸਤਕਬਾਲ ਮੇਰਾ ਕੀਤਾ ਹਾਂ ਬਹੁਤ ਪਿਆਰ ਨਾਲ ਰੱਖਿਆ ਬੰਦੇ ਇਹਨਾਂ ਦੇ ਘਰ ਰਹੇ ਸੀਗੇ ਗੁਜਰਾਂ ਦੀ ਮਾਈ ਸੀ ਇੱਕ ਹਿੰਦੂ ਗੁਜਰਾਂ ਦੀ ਨਹੀਂ ਮੁਸਲਮਾਨ ਮੁਸਲਮਾਨ ਹਲੇ ਹੈਗੇ ਸੀ ਉੱਥੇ ਹਾਂ ਉੱਥੇ ਮਾਈ ਬੈਠੀ ਸੀ ਅੱਛਾ ਅੱਛਾ ਉਹਦੇ ਘਰ ਰੋਟੀ ਸੀ ਮੇਰੀ ਅੱਛਾ ਉੱਥੇ ਮੈਂ ਫਿਰ 3 ਮਹੀਨੇ 1 ਵਾਰੀ 4 ਮਹੀਨੇ 1 ਵਾਰੀ
ਇੰਨਾ ਲੰਬਾ ਟਾਈਮ ਰਹਿ ਕੇ ਮੈਨੂੰ ਕੋਈ ਪੁੱਛਿਆ ਜੀ ਜੇ ਨਾਲ ਉਹ ਮੇਰੇ ਦਾੜੀ ਕੋਲ ਨਹੀਂ ਸੀ ਤੇ ਮੇਰੀ ਪਛਾਣ ਹੀ ਨਹੀਂ ਵਾਡੇ ਨੰਗ ਦੇ ਕੀਤੀ ਕਿ ਨਾ ਉਹਦੇ ਹੀ ਜਾਂਦੇ ਬਗੈਰ ਬੀਜੇ ਤੋਂ ਗਏ ਬਗੈਰ ਬੀਜੇ ਬਾਬਾ ਜਦੋਂ ਉੱਠ ਕੇ ਆਏ ਸੀਗੇ ਉਦੋਂ ਮਾਰਵਾੜ ਹੋਈ ਸੀ ਮਾਰਵਾੜ ਰਸਤੇ ਜਿਹੜੀ ਹੋਈ ਸੀ ਉਹ ਸਾਨੂੰ ਪਤਾ ਇੱਕ ਨਗਰ ਪਿੰਡ ਆ ਉਹਦੇ ਜਿਹੜੀ ਫਲੋਰ ਨੂੰ ਸੜਕ ਆਉਂਦੀ ਆ ਬੰਗਿਆਂ ਤੋਂ ਅੱਛਾ ਉਹ ਸੜਕ ਦੇ ਉੱਤੇ ਲੰਘ ਕੇ ਆਇਆ ਤੇ ਕੁਰਾਨ ਮਜੀਦਾਂ ਦੇ ਵਰ ਕੇ ਲੂਹੇ ਸੀ ਉਹ ਚੁੱਕਦੇ ਸੀ ਤੇ ਸਾਨੂੰ ਪੁਲਿਸ ਨਹੀਂ ਸੀ ਚੱਕਣ ਦਿੰਦੀ ਉਹ ਕਹਿੰਦੀ ਪਰੇ ਨਾ ਹੋਇਓ ਵਿੱਚ ਹੀ ਲਿਖੋ ਅੱਛਾ ਹਾਂਜੀ ਬਹੁਤ ਮੰਦਾ ਹਾਲ ਜਬ ਕੀਤਾ ਹੋਰ ਵੀ ਅਸੀਂ ਲਾਸ਼ਾਂ ਕਈ ਦੇਖੀਆਂ ਨਾ ਇੱਥੇ ਬਿਆਸਾਂ 'ਤੇ ਆ ਕੇ ਦੇਖੀਆਂ ਸਭ ਕੁਝ ਦੇਖਿਆ ਅਸੀਂ ਅੱਛਾ ਡਰ ਤਾਂ ਜਾਂਦੇ ਹੋਣੇ ਜਦੋਂ ਦੇਖਦੇ ਸੀ ਡਰ ਨਾ ਕਿ ਰੋਟੀ ਨਹੀਂ ਸੀ ਲੰਘਦੀ ਪਾਣੀਆਂ ਦੇ ਵਿੱਚ ਜ਼ਹਿਰਾਂ ਸਿੱਟੀਆਂ ਸੀ ਅੱਛਾ ਬਾਬਾ ਜਿਹੜੇ ਪਾਣੀਆਂ 'ਚ ਜ਼ਹਿਰਾਂ ਦੀ ਗੱਲ ਕਰਦੇ ਆ ਇਹ ਤਾਂ ਫਿਰ ਜ਼ਹਿਰ ਉਹ ਵੀ ਕਿੱਥੋਂ ਪਾਣੀ ਪੀਂਦੇ ਸੀਗੇ ਪਾਣੀ ਜਦੋਂ ਜ਼ਹਿਰਾਂ ਹੀ ਪਾ ਉਹਨਾਂ ਨੇ ਆਪਣਾ ਕੋਈ ਵੱਖਰਾ ਇੰਤਜ਼ਾਮ ਕੀਤਾ ਹੋਊਗਾ ਨਾ ਜਿੱਥੇ ਖੂਹਾਂ ਸਿੱਟੀ ਤੀ ਕਿਤੇ ਪਾਣੀ ਖੜਾ ਉਹ 'ਚ ਸਿੱਟੀ ਤੀ ਲੇਕਿਨ ਫਿਰ ਜਿਹੜਾ ਕੋਈ ਛਾ ਪੀਊਗਾ ਮਰੂਗਾ ਰੋਣ ਦਾ ਮਾਰਨਾ ਸੀ ਸਾਨੂੰ ਲੇਕਿਨ ਵਧਾਉਣ ਵਾਲਾ ਤਾਂ ਉਹ ਬੈਠਾ ਆ ਇਹ ਤਾਂ ਸਾਨੂੰ ਰੱਬ ਵਧਾ ਲਿਆ ਆ ਉਹਨਾਂ ਦਾ ਖਾਲਿਸਤਾਨ ਬਣਾਉਣਾ ਸੀ ਆਪਾਂ ਗੱਲ ਉਹ ਕਰਦੇ ਜਿਹੜੀ ਸਹੀ ਆ ਦੁਬਾਰਾ ਗਏ ਉਹ ਮਿਲੇ ਸੀਗੇ ਤੁਹਾਨੂੰ ਉੱਥੇ ਸੀ ਉਹ ਉਹਨਾਂ ਨੇ ਕਿਹਾ ਨੀ ਹੁਣ ਤੂੰ ਇੱਥੇ ਰਹਿ ਲਾ ਨਹੀਂ ਮੈਨੂੰ ਛੱਡ ਕੇ ਗਏ ਬਾਰਡਰ ਅੱਛਾ ਬਾਰਡਰ ਤੇ ਫਿਰ ਦੇਖਦੇ ਦਾ ਸਾਨੂੰ ਪੈਂਦ ਆਈ ਆ ਇਹ ਖੱਡ ਦੇ ਕੇ ਤਾਂ ਹੋ ਗਿਆ ਹੁਣ ਨਾ ਹੀ ਚੱਕਿਆ ਜਾਊਂਗਾ ਯਾਰ ਹਾਂਜੀ ਹਾਲਾਤ ਬਦਲ ਗਏ ਸੀ ਨਾ ਹਾਂਜੀ ਹਾਂ ਸਖਤੀਆਂ ਹੋ ਗਈਆਂ ਫਿਰ ਬਾਅਦ ਚ ਕਦੇ ਚੇਤੇ ਨਹੀਂ ਆਇਆ ਵੀ ਜਾਣਾ ਚਾਹੀਦਾ ਵੀ ਚੇਤੇ ਕੀ ਆਉਣਾ ਮੈਂ ਇੱਥੋਂ ਕਰਾਚੀ ਨੂੰ ਨਿਕਲ ਗਿਆ ਮੁੜ ਕੇ ਫਿਰ ਆਇਆ ਕਰਾਚੀ 8 ਸਾਲ ਰਿਹਾ ਬਾਬਾ ਕੋਈ ਹੋਰ ਗੱਲ ਚੇਤੇ ਕਰਕੇ ਸੁਣਾਓ ਉੱਥੋਂ ਦੀ ਪਹੁੰਚੀ ਤਾਂ ਪਤਾ ਲੱਗਾ ਇਹ ਕਤਲ ਕਰ ਦਿੱਤਾ ਫਿਰ ਲਿਆ ਚੁੱਕੇ ਦੇਖ ਲਓ ਬੇਗ ਨਾਲ ਲੋਕ ਕਿੰਨੇ ਮਾਰੇ ਸੀ ਨਾ ਮਾਰਨ ਵਾਲੇ ਨੂੰ ਪਤਾ ਸੀ ਨਾ ਮੈਂ ਤਾਂ ਤੁਹਾਨੂੰ ਦੱਸੀ ਹੈ ਗੱਲ ਜੁਰਮ ਉਹਨਾਂ ਨੇ ਹੱਡ ਤੋਂ ਪਰੇ ਕੀਤਾ ਬੱਚਿਆਂ ਦੀਆਂ ਛਾਤੀਆਂ ਕੱਟ ਉਹ ਕਰ ਉਹ ਕਰ ਸਾਡੇ ਕੋਲ ਆਈਆਂ ਉਹ ਬੱਚੀਆਂ ਇੱਥੇ ਅੱਛਾ ਹਾਂ ਅਸੀਂ ਦੇਖੀਆਂ ਉਹ ਆਪਣੇ ਇਸ ਪਿੰਡ 'ਚ ਆਈਆਂ ਇੱਥੋਂ ਉੱਠ ਕੇ ਉੱਧਰ ਚਲੇ ਗਏ ਸੀ ਹੋਰ ਢੋਲਣਾ ਹੋਰ ਕੋਈ ਪਿੰਡ 'ਚ ਅੱਛਾ ਉਹਨਾਂ ਬੱਚਿਆਂ ਦੀਆਂ ਅਸੀਂ ਛਾਤੀਆਂ ਕੱਟੀਆਂ ਹੋਈਆਂ ਸੀ ਬਹੁਤ ਜੁਰਮ ਕੀਤੇ ਇਹਨਾਂ ਨੇ ਰੱਜ ਕੇ ਇਹਦਾ ਗੱਲ ਕਰ ਪਏ ਇਹਨਾਂ ਦੀ ਉਹ ਗੱਲ ਬਣੀ ਨਾ ਇਹ ਆਪ ਨਹੀਂ ਲੜ ਸਕਦੇ ਆ ਜਿਹੜੇ ਖੱਤਰੀ ਖੁਤਰੀ ਹੈ ਆਪ ਨਹੀਂ ਲੜ ਸਕਦੇ ਜੁਆਂ ਨੂੰ ਮੋੜੇ ਉਂਗਲ ਦੇ ਕੇ ਲੜਾਉਂਦੇ ਆ ਜ਼ਿਮੀਦਾਰ ਨੂੰ ਡੰਡੇ ਕਰਕੇ ਕਿੱਡਾ ਤੋੜਿਆ ਸਾਰੀਆਂ ਜ਼ਿਮੀਦਾਰ ਖਾ ਇਹ ਬੈਠੇ ਰਹੇ ਵਿਹਲੇ ਖਾਂਦੇ ਰਹੇ ਅਤੇ ਉਹਨਾਂ ਨੂੰ ਲਿਖਾਉਂਦੇ ਰਹੇ ਮਗਰ ਹੁਣੀ ਭੋਗੀ ਬਾਹ ਕੇ ਦਿਖਾ ਦੇਣੀ ਆ ਵਿੱਚੇ ਵਿਆਹ ਤਾਂ ਵਿੱਚੇ ਸਭ ਦੇ ਜ਼ਮੀਨਾਂ ਬਹੁਤ ਘੱਟ ਮਿਲੀਆਂ ਮੈਂ ਕਿਹਾ ਜ਼ਮੀਨਾਂ ਪਿੱਛੇ ਰਹਿਣ ਮੈਂ ਕੱਢ ਦਿੱਤੀਆਂ ਸੀਗੀਆਂ ਕੋਈ ਮਾਰੂ ਰਹਿ ਗਈ ਕੋਈ ਕੋਈ ਰਹਿ ਗਈ ਉਹ ਚੋਂ ਥੋੜ੍ਹੀ ਬਹੁਤ ਆਈ ਹੈ ਮਿਲਿਆ ਹੀ ਕਿਸੇ ਨੂੰ ਕੱਖ ਨਹੀਂ ਇੱਥੇ ਕੁਛ ਨਹੀਂ ਮਿਲਿਆ ਹਾਂ ਅਸੀਂ ਉੱਥੋਂ ਫਿਰ ਅਮਨ ਮਾਰਨਾ ਕਿ ਇੱਥੇ ਆਏ ਹਾਂ ਆਪਣੇ ਉੱਥੋਂ ਗੱਡੀ ਬੈਠੇ ਹਾਂ ਲਾਹੌਰ ਆ ਗਏ ਹਾਂ ਲਾਹੌਰ ਉੱਥੋਂ ਸ਼ੇਖੂਪੁਰ ਸ਼ੇਖੂਪੁਰ ਉੱਥੋਂ ਫਿਰ ਤੁਹਾਨੂੰ ਜਾਣੀ ਕਿ ਬਾਘਾ ਲੰਘ ਕੇ ਸਿੱਧੇ ਇਸ ਪਿੰਡ 'ਚ ਹੀ ਆਏ ਹਾਂ ਸਿੱਧੇ ਨਹੀਂ ਫਿਰ ਆਪਣਾ ਸ਼ੇਖੂਪੁਰ ਆ ਗਏ ਉੱਥੇ ਗੱਡੀ ਲਾ ਤੇ ਉੱਥੋਂ ਫਿਰ ਦੋ ਦਿਨ ਰਹੇ ਅਸੀਂ ਉੱਥੇ ਰਹਿ ਕੇ ਫਿਰ ਇੱਧਰ ਨੂੰ ਗੱਡੀ ਚੜ੍ਹੇ ਇਹ ਪਿੰਡ ਦਾ ਨਾਂ ਕੀ ਆ ਇਹਦਾ ਪਿੰਡ ਨਾਂ ਹੈਗਾ ਰਤਨ ਚੱਕ 99 ਚੱਕ 99 ਰਤਨ ਠੀਕ ਆ ਜੀ ਰਤਨ ਸਿੰਘ ਦੇ ਨਾਂ ਤੇ ਇਹ ਹਾਂਜੀ ਹਾਂਜੀ ਪਿੰਡ ਹੈਗਾ ਬਾਬਾ ਜਦੋਂ ਇਸ ਪਿੰਡ 'ਚ ਉਦੋਂ ਕਿਹੜੀਆਂ ਕਿਹੜੀਆਂ ਬਰਾਦਰੀਆਂ ਆ ਕੇ ਬਹਿ ਗਈਆਂ ਸੀ ਉਹ ਪੁਰਾਣੇ ਹੀ ਬੈਠੇ ਸੀ ਬੰਦੇ ਕੁਛ ਜਿਹੜੇ ਗੈਰ ਕਾਸ਼ਤਕਾਰ ਸੀਗੇ ਆਹੋ ਜਿਹਨਾਂ ਦੇ ਤੁਸੀਂ ਨਾਂ ਦੱਸੇ ਉਹਨਾਂ ਦੇ ਨਾਂ ਦੱਸੋ ਤੁਸੀਂ ਕਿਹੜੇ ਕਿਹੜੇ ਸੀ ਨਾਂ ਫੀਨੀ ਫੀਨੀ ਖਰਾਸ ਸੀ ਉਹਦਾ ਖਰਾਲ ਸੀਗਾ ਅੱਛਾ ਇੱਕ ਜੂਸਰ ਦੇ ਬਾਪ ਨਾਲ ਸੀਗਾ ਯਾਰ ਢੇਰੂ ਕੇ ਕੀ ਸੀਗਾ ਇੱਦਾਂ ਦਾ ਅੱਛਾ ਇੱਦਾਂ ਦੇ ਨਾਂ ਸੀ ਉਹਨਾਂ ਦੇ ਉਹ ਛੇਤੀ ਛੇਤੀ ਮਰ ਗਿਆ ਫਿਰ ਛੇਤੀ ਛੇਤੀ ਮਰ ਗਏ ਅੱਛਾ ਬਾਰੂ ਹਾਂ ਹੋਰ ਵੀ ਇੱਦਾਂ ਇੱਕ ਭੂਆ ਰੂੜੀ ਸੀ ਰੂੜੀ ਵੀ ਹੈਗੀ ਸੀ ਅੱਛਾ ਸਾਰ ਦੁਰਗੀ ਦੁਰਗੀ ਹਾਂ ਹੈਗੇ ਸੀ ਹੈਗੇ ਸੀ ਇਹ ਬੰਦੇ ਹੈਗੇ ਸੀਗੇ ਹੈਗੇ ਸੀ ਇਸ ਤੋਂ ਇਲਾਵਾ ਕੋਈ ਨਾਂ ਹੋਰ ਯਾਦ ਕਰੋ ਹੋਰ ਮੈਨੂੰ ਕੋਈ ਚੇਤਾ ਕਰ ਲਓ
ਉਹ ਬਾਹਰ ਜਿੱਦਾਂ ਲਿਖੇ ਉਹਨਾਂ ਦੇ ਕੋਲ ਬਾਈ ਉਹ ਤਾਂ ਬਾਹਰ ਦੀਆਂ ਗੱਲਾਂ ਆ ਚਲੋ ਅੱਛਾ ਇੱਕ ਬਾਬੂ ਸੀ ਜਾਮ ਸੀ ਰੁਲੀਆ ਤੇਲੀ ਸੀ ਹਾਂ ਹੈਗੇ ਸੀ ਹੈਗੇ ਸੀ ਹੈਗੇ ਸੀ ਕਰਾਤ ਤੇ ਚੇਤੇ ਫਿਕ ਨਹੀਂ ਸੀ ਹਾਂ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੇ ਕੋਲ ਲਿਖਿਆ ਹੋਣਾ ਅੱਛਾ ਬਾਬਾ ਹੁਣ ਨਹੀਂ ਦਿਲ ਕਰਦਾ ਪਿੰਡ ਜਾ ਕੇ ਦੇਖਣ ਬਾਬਾ ਲੋਕਾਂ ਕੀ ਲੈਣਾ ਸੀ ਉੱਥੋਂ ਲੈ ਜਾ ਕੇ ਹੁਣ ਯਾਰ ਸਾਡੇ ਸੁੱਜਣ ਨਾ ਰਹੇ ਦੁਸ਼ਮਣ ਹੀ ਬਣੇ ਆ ਦੁਸ਼ਮਣਾਂ ਦੇ ਵਿੱਚ ਰਹਿ ਕੇ ਕੀ ਕਰਨਾ ਬਾਬਾ ਦੁਸ਼ਮਣ ਤਾਂ ਉੱਥੋਂ ਇੰਨੇ ਸਾਲਾਂ ਤੋਂ ਇਕੱਠੇ ਰਹਿੰਦੇ ਸੀਗੇ ਉਹਦਾ 15 ਕੁ ਦਿਨਾਂ ਦਾ ਸਮਾਂ ਸੀ ਹੇਠਲੀ ਉੱਪਰ ਆ ਗਈ ਸੀਗੀ ਖੂਨ ਸਫੈਦ ਹੋ ਗਏ ਸੀਗੇ ਤਾਂ ਹੁਣ ਕਿਹੜਾ ਖੂਨ ਦੁਬਾਰਾ ਰੰਗ ਹੋ ਜਾਣੇ ਉੱਥੇ ਆ ਕੇ ਇੱਥੇ ਵੀ ਜ਼ਹਿਰਾ ਖਾਂਦੇ ਉੱਥੇ ਵੀ ਜ਼ਹਿਰਾ ਹੀ ਖਾਣੀ ਜਾ ਕੇ ਜਾਣੀ ਦਿਲ ਨਹੀਂ ਕਰਦਾ ਜਾਣ ਨੂੰ ਹੈ ਹੁਣ ਨਹੀਂ ਦਿਲ ਕਹਿੰਦੇ ਜਿਹੜੇ ਜੰਮਣ ਭੋ ਨਹੀਂ ਭੁੱਲਦੀ ਹੈਗੀ ਤੁਸੀਂ ਕਿੱਦਾਂ ਭੁੱਲ ਗਏ ਹੁਣ ਜਿਹੜਾ ਆਪਣਾ ਇਹ ਪਿੰਡ ਹੈ ਇਹਦੇ ਗੁਆਂਢੀ ਪਿੰਡ ਕਿਹੜੇ ਕਿਹੜੇ ਆ ਕਨਵਾ ਠਰੂ ਤੇ ਗਿੱਲਾਂ ਜਗਤਪੁਰ ਨਰੰਗਾਬਾਦ ਤੇ ਬਾਕੀ ਇੱਧਰ ਨੂੰ ਆ ਜਾਓ ਠਾਰਸੀ ਚੱਕ ਟੈਪਈ ਸਰਸ਼ਮੀਰ ਸਟੇਸ਼ਨ ਦਾ ਨਾਂ ਅੱਛਾ ਅੱਛਾ ਟੈਪਈ ਸਰਸ਼ਮੀਰ ਸਟੇਸ਼ਨ ਦੇ ਨਾਂ ਤੇ ਟੈਪਈ ਦਾ ਪਿੰਡ ਵਾ ਅੱਛਾ ਸਰਸ਼ਮੀਰ ਸਟੇਸ਼ਨ ਅੱਛਾ ਅੱਛਾ ਸਰਸ਼ਮੀਰ ਪਿੰਡ ਨਹੀਂ ਹੈਗਾ ਜਾਣੀ ਸਰਸ਼ਮੀਰ ਹਾਂ ਠੀਕ ਹੋ ਗਿਆ ਇਹ ਕਿਹਦੇ ਨਾਂ ਤੇ ਪਿਆ ਆ ਸ਼ਮੀਰ ਨੂੰ ਸਰ ਦਾ ਖਿਤਾਬ ਦਿੱਤਾ ਸੀ ਸਰ ਸ਼ਮੀਰ ਤਾਂ ਸਟੇਸ਼ਨ ਬਣਿਆ ਸੀ ਨਹੀਂ 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 ਆਪਾਂ ਨੂੰ ਨਹੀਂ ਉਦਾਂ ਪਤਾ ਹੈ ਨਾ ਇਸ ਗੱਲ ਆਪਾਂ ਨੂੰ ਪਤਾ ਹੈ ਸਾਡੇ ਨਾਲ ਜੀ ਅਬਦੁੱਲਾ ਰਹਿਮਾਨੀ ਬਾਬਾ ਜੀ ਬੈਠੇ ਸੀਗੇ 1947 'ਚ ਇਹਨਾਂ ਦੀ ਉਮਰ ਕੋਈ 11-12 ਸਾਲ ਸੀ ਹੁਣ ਇਹ ਇੱਥੇ ਰਤਨ ਪਿੰਡ ਦੇ ਵਿੱਚ ਬੈਠੇ ਆ ਇਹਨਾਂ ਦੀ ਦਾਸਤਾਨ ਤੁਹਾਡੇ ਰੂਬਰੂ ਕਰ ਦਿੱਤੀ ਹੈ ਜੀ ਆਪਣੇ ਕਮੈਂਟ ਦੇ ਰਾਹੀਂ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ ਰੱਬ ਰੱਖ